ਸੁਲਤਾਨ ਮਲਟੀਮੀਡੀਆ 786 ਚੈਨਲ ਨਾਲ ਜੁੜੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ। ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਕਿਸੇ ਉੱਤੇ ਕੀਤੇ ਜਾਂ ਆਪਣੇ ਉੱਤੇ ਕੀਤੇ ਕਿਸੇ ਵੀ ਤਰ੍ਹਾਂ ਦੇ ਜਾਦੂ ਟੋਣੇ ਨੂੰ, ਕਾਲੇ ਇਲਮ ਨੂੰ ਦੂਰ ਕਰਨ ਦਾ ਇੱਕ ਬਹੁਤ ਹੀ ਸੌਖਾ ਤਰੀਕਾ ਦੱਸਣ ਜਾ ਰਹੇ ਹਾਂ। ਸੋ ਹੱਥ ਜੋੜ ਕੇ ਬੇਨਤੀ ਹੈ, ਇਸ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਅਤੇ ਪੀਰਾਂ ਦੀਆਂ ਹੋਰ ਨਵੀਆਂ ਨਵੀਆਂ ਵੀਡੀਓ ਦੇਖਣ ਲਈ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ। ਕਈ ਲੋਕਾਂ ਦਾ ਸਵਾਲ ਹੁੰਦਾ ਹੈ ਕਿ ਉਹਨਾਂ 'ਤੇ ਕਿਸੇ ਨੇ ਜਾਦੂ ਟੋਣਾ ਕਰ ਦਿੱਤਾ ਹੈ ਪਰ ਉਸਦਾ ਤੋੜ ਕਿਸੇ ਕੋਲ ਨਹੀਂ ਮਿਲ ਰਿਹਾ। ਉਹ ਬਹੁਤ ਚੇਲਿਆਂ, ਭੂਪਿਆਂ, ਬਾਬਿਆਂ ਕੋਲ ਗਏ ਅਤੇ ਉਹਨਾਂ ਨੂੰ ਕਿਤੇ ਵੀ ਉਸ ਜਾਦੂ ਤੋਂ ਟੂਣੇ ਤੋਂ ਛੁਟਕਾਰਾ ਨਾ ਮਿਲਿਆ। ਬਹੁਤ ਭਟਕੇ ਦੇਖ ਲਿਆ। ਕਈ ਕਾਲੇ ਇਲਮ ਜਾਦੂ ਐਸੇ ਵੀ ਹੁੰਦੇ ਹਨ ਜਿਹੜੇ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੇ ਹਨ ਅਤੇ ਕਈ ਵਾਰ ਇੱਦਾਂ ਵੀ ਹੁੰਦਾ ਹੈ ਕਿ ਉਹ ਜਾਦੂ ਟੂਣਾ ਇੰਨਾ ਭਿਆਨਕ, ਖਤਰਨਾਕ ਹੁੰਦਾ ਹੈ ਕਿ ਸਾਡੀ ਜਾਨ ਤੱਕ ਵੀ ਲੈ ਸਕਦਾ ਹੈ। ਜਿਸ ਉੱਤੇ ਜਾਦੂ ਟੋਣਾ ਕਰਾਇਆ ਜਾਂਦਾ ਹੈ ਉਹ ਆਦਮੀ ਤਾਂ ਬਿਲਕੁਲ ਪਾਗਲ ਹੋ ਜਾਂਦਾ ਹੈ। ਉਸਨੂੰ ਇੰਝ ਲੱਗਦਾ ਕਿ ਜਿਵੇਂ ਦੁਨੀਆ 'ਤੇ ਕੁਝ ਹੈ ਹੀ ਨਹੀਂ, ਪਾਗਲਾਂ ਵਾਂਗ ਮਰਿਆ ਵਾਂਗ ਕਰਨ ਲੱਗ ਪੈਂਦਾ ਹੈ। ਇਸ ਜਾਦੂ ਟੂਣੇ ਨੂੰ ਆਪਣੇ ਘਰ ਦੇ ਵਿੱਚੋਂ ਕੱਢਣ ਲਈ ਅਸੀਂ ਤੁਹਾਨੂੰ ਅੱਜ ਇੱਕ ਅਮਲ ਦੱਸਣ ਜਾ ਰਹੇ ਹਾਂ। ਜੇ ਅੱਲਾਹ ਪਾਕ ਦੇ ਹੁਕਮ ਦੇ ਨਾਲ ਤੁਸੀਂ ਇਹ ਅਮਲ ਚੰਗੀ ਤਰ੍ਹਾਂ ਪੜ੍ਹ ਲਿਆ, ਕਰ ਲਿਆ ਤਾਂ 100% ਅੱਲਾਹ ਪਾਕ ਦੇ ਹੁਕਮ ਦੇ ਨਾਲ ਇਹ ਗਲਤ ਚੀਜ਼ਾਂ, ਜਾਦੂ ਟੋਣਾ ਤੁਹਾਡੇ ਘਰ ਦੇ ਵਿੱਚੋਂ ਆਪਣੇ ਆਪ ਹੀ ਨਿਕਲ ਜਾਵੇਗਾ ਅਤੇ ਤੁਹਾਡੀ ਜ਼ਿੰਦਗੀ ਪਹਿਲਾਂ ਵਾਂਗ ਆਸਾਨ ਹੋ ਜਾਵੇਗੀ। ਤੁਹਾਡੇ 'ਤੇ ਕਿਸੇ ਵੀ ਤਰ੍ਹਾਂ ਦਾ ਜਾਦੂ ਕੀਤਾ ਹੋਵੇ, ਕਿੰਨਾ ਵੀ ਪੁਰਾਣਾ ਜਾਦੂ ਟੋਣਾ ਕੀਤਾ ਹੋਵੇ, ਚਾਹੇ ਕਿਸੇ ਪੀਲੀ ਚੀਜ਼ ਵਿੱਚ ਪਾ ਕੇ ਖਿਲਾਇਆ ਹੋਵੇ, ਹਰੀ ਚੀਜ਼ ਵਿੱਚ ਜਾਂ ਕੋਈ ਧਾਗਾ ਤਬੀਤ ਖਿਲਾਇਆ ਹੋਵੇ, ਇਹ ਸਾਡਾ ਅਮਲ ਹਰ ਤਰ੍ਹਾਂ ਦੇ ਜਾਦੂ 'ਤੇ ਕਾਰਗਰ ਹੈ। ਕਈ ਵਾਰੀ ਅਸੀਂ ਇਸ ਜਾਦੂ ਟੋਣੇ ਤੋਂ ਪਰੇਸ਼ਾਨ ਹੋ ਕੇ ਡਾਕਟਰੀ ਇਲਾਜ ਵੀ ਕਰਾਉਣ ਲੱਗ ਜਾਂਦੇ ਹਾਂ ਅਤੇ ਉਹ ਡਾਕਟਰ ਕੋਲ ਜਾ ਕੇ ਆਪਣੇ ਚੈੱਕਅਪ ਕਰਾਉਂਦੇ ਹਨ, ਟੈਸਟ ਕਰਾਉਂਦੇ ਹਨ, ਰਿਪੋਰਟਾਂ ਵਿੱਚ ਕੁਝ ਨਹੀਂ ਆਉਂਦਾ, ਸਾਰਾ ਕੁਝ ਨੋਰਮਲ ਹੁੰਦਾ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਉਹਨਾਂ ਦੀ ਰਿਪੋਰਟ ਵਿੱਚ ਨਹੀਂ ਆਉਂਦੀ, ਪਰ ਲਗਾਤਾਰ ਸਾਡੀ ਤਬੀਅਤ ਖਰਾਬ ਹੁੰਦੀ ਰਹਿੰਦੀ ਹੈ, ਸਾਡਾ ਸਰੀਰ ਦਿਨੋਂ ਦਿਨ ਘੱਟਦਾ ਰਹਿੰਦਾ ਹੈ। ਜਿਹੜਾ ਸ਼ਬਦ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਇਹ ਸਾਡੇ 'ਤੇ ਕਿਸੇ ਵੀ ਤਰ੍ਹਾਂ ਦਾ, ਕਿੰਨਾ ਵੀ ਪੁਰਾਣਾ, ਕਿਸੇ ਵੀ ਤਰ੍ਹਾਂ ਦਾ ਕੋਈ ਜਾਦੂ ਟੋਣਾ ਕੀਤਾ ਹੋਵੇ ਉਹਨੂੰ ਦੂਰ ਕਰ ਦੇਵੇਗਾ ਅਤੇ ਤੁਸੀਂ ਕਿਸੇ ਵੀ ਜਗ੍ਹਾ 'ਤੇ ਬੇਫਿਕਰ ਹੋ ਕੇ ਘੁੰਮ ਸਕਦੇ ਹਾਂ। ਕਦੇ ਵੀ ਜਾਦੂ ਟੋਣਾ ਤੁਹਾਡੇ 'ਤੇ ਅਮਲ ਨਹੀਂ ਕਰੇਗਾ। ਇਹ ਸ਼ਬਦ ਹੈ, ਸਭ ਤੋਂ ਪਹਿਲਾਂ 3 ਵਾਰ ਤੁਹਾਨੂੰ ਦੁੱਧੇ ਪਾਕ ਪੜ੍ਹਨਾ ਪਵੇਗਾ। ਦੁੱਧੇ ਪਾਕ ਕੀ ਹੁੰਦਾ ਹੈ ਇਸ ਬਾਰੇ ਵੀ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ। ਤੁਹਾਨੂੰ ਸਾਰਿਆਂ ਨੂੰ ਪੜ੍ਹਨਾ ਪਵੇਗਾ ਜਾ ਮੁਮੀਤੋ, ਇਹ ਤੁਸੀਂ 3 ਵਾਰ ਪੜ੍ਹਨਾ ਹੈ। ਜੇ ਤੁਸੀਂ ਪੱਕੇ ਯਕੀਨ ਦੇ ਨਾਲ ਆਪਣੇ ਈਸ਼ਵਰ 'ਤੇ ਭਰੋਸਾ ਰੱਖ ਕੇ ਚੰਗੀ ਤਰ੍ਹਾਂ ਪੜ੍ਹੋਗੇ ਤਾਂ ਅੱਲਾ ਪਾਕ ਦੇ ਹੁਕਮ ਦੇ ਨਾਲ ਤੁਸੀਂ ਜ਼ਰੂਰ ਠੀਕ ਹੋ ਜਾਓਗੇ। ਯਾ ਮੁਮੀਤੋ, ਯਾ ਮੁਮੀਤੋ, ਇਹ ਤੁਹਾਨੂੰ 7 ਵਾਰ ਪੜ੍ਹਨਾ ਹੈ ਅਤੇ ਉਸ ਤੋਂ ਬਾਅਦ ਜਿਹੜਾ ਸ਼ੁਰੂ 'ਚ ਤੁਸੀਂ ਦੁੱਧੇ ਪਾਕ ਪੜ੍ਹਿਆ ਸੀ ਉਹ ਅਖੀਰ ਦੇ ਵਿੱਚ 3 ਵਾਰ ਫਿਰ ਪੜ੍ਹਨਾ ਹੈ। ਦੁੱਧੇ ਪਾਕ ਇਹ ਹੁੰਦਾ ਹੈ ਸੱਲੱਲਾਹੁ ਤਾਲਾ ਅਲਾ ਮੁਹੰਮਦ, ਸੱਲੱਲਾਹੁ ਤਾਲਾ ਅਲਾ ਮੁਹੰਮਦ, ਇਹ 3 ਵਾਰ ਪੜ੍ਹਨਾ ਹੈ। ਇਹੀ ਦੁੱਧੇ ਪਾਕ ਪਹਿਲਾਂ ਸ਼ੁਰੂ ਵਿੱਚ ਪੜ੍ਹਨਾ ਹੈ, ਗੱਬੇ ਯਾ ਮੁਮੀਤੋ ਯਾ ਮੁਮੀਤੋ 7 ਵਾਰ ਪੜ੍ਹਨਾ ਹੈ, ਉਸ ਤੋਂ ਬਾਅਦ ਅਖੀਰ ਦੇ ਵਿੱਚ 3 ਵਾਰ ਫਿਰ ਦੁੱਧੇ ਪਾਕ ਪੜ੍ਹਨਾ ਹੈ। ਤੁਸੀਂ ਬਿਲਕੁਲ ਇਸ ਤਰ੍ਹਾਂ ਪੜ੍ਹਨਾ ਹੈ ਸੱਲੱਲਾਹੁ ਤਾਲਾ ਅਲਾ ਮੁਹੰਮਦ 3 ਵਾਰ, ਉਸ ਤੋਂ ਬਾਅਦ ਯਾ ਮੁਮੀਤੋ 7 ਵਾਰ, ਉਸ ਤੋਂ ਬਾਅਦ ਸੱਲੱਲਾਹੁ ਤਾਲਾ ਅਲਾ ਮੁਹੰਮਦ 3 ਵਾਰ, ਅਤੇ
ਤੁਹਾਡੇ ਤੇ ਕਿਸੇ ਵੀ ਤਰ੍ਹਾਂ ਦਾ ਜਾਦੂ ਟੋਣਾ ਕੀਤਾ ਹੋਵੇਗਾ ਉਹ ਦੂਰ ਹੋ ਜਾਵੇਗਾ। ਬਸ ਪੂਰੇ ਯਕੀਨ ਤੇ ਆਪਣੇ ਈਸ਼ਵਰ ਤੇ ਭਰੋਸਾ ਰੱਖ ਕੇ ਕਰਨਾ ਹੈ, ਕਿਉਂਕਿ ਜਾਦੂ ਟੋਣਾ ਕਰਨ ਵਾਲੇ ਕੋਈ ਦੂਰ ਦੇ ਨਹੀਂ ਹੁੰਦੇ, ਸਾਡੇ ਸਕੇ ਸੰਬੰਧੀ ਆਸ ਪੜੋਸ ਵਾਲੇ ਹੀ ਹੁੰਦੇ ਹਨ। ਪੂਰੇ ਯਕੀਨ ਤੇ ਸਹੀ ਤਰੀਕੇ ਦੇ ਨਾਲ ਇਸ ਨੂੰ ਪੜ੍ਹੋ, ਇਨਸ਼ਾਅੱਲਾ ਤੁਹਾਡੇ ਗੁਰੂ ਪੀਰ ਦੇ ਹੁਕਮ ਦੇ ਨਾਲ, ਅੱਲਾ ਪਾਕ ਦੇ ਹੁਕਮ ਦੇ ਨਾਲ ਤੁਹਾਡੇ ਤੇ ਕੀਤਾ ਕਿਸੇ ਵੀ ਤਰ੍ਹਾਂ ਦਾ ਜਾਦੂ ਟੋਣਾ ਜ਼ਰੂਰ ਦੂਰ ਹੋ ਜਾਵੇਗਾ। ਤੋਂ ਇਸ ਤਰ੍ਹਾਂ ਤੁਸੀਂ ਆਪਣੇ ਤੇ ਕੀਤੇ ਜਾਂ ਆਪਣੇ ਸਾਕ ਸੰਬੰਧੀਆਂ ਤੇ ਕੀਤੇ ਜਾਦੂ ਟੋਣੇ ਨੂੰ ਜ਼ਰੂਰ ਦੂਰ ਕਰ ਸਕਦੇ ਹਾਂ।